ਕਿੰਦਰ ਗਿੱਲ ਤੇ ਕਿੰਦਰ ਗਿੱਲ ਸੁਸ਼ਲਾਗ ਦੇ ਵਿੱਚ ਕੀ ਡਿਫਰੈਂਸ ਹੈ, ਇਹਨਾਂ ਨੇ ਕਮੈਂਟ ਕੀਤਾ ਹੈ। ਦੇਖੋ ਜੀ, ਕਿੰਦਰ ਗਿੱਲ ਤਾਂ ਆਪਾਂ ਸਾਰੇ ਭੈਣ ਭਰਾ ਜਾਣਦੇ ਹੀ ਹਾਂ ਕਿ ਜਰਮਨੀ ਦੇ ਵਿੱਚ ਹਰ ਇੱਕ ਬੱਚੇ ਨੂੰ ਲੈ ਕੇ ਪਰਿਵਾਰ ਨੂੰ ਜਿਹੜਾ ਹੈ ਇੱਕ ਮਾਲੀ ਸਹੂਲਤ ਦਿੱਤੀ ਜਾਂਦੀ ਆ। ਬੱਚੇ ਦੇ ਪੈਦਾ ਹੁੰਦੇ ਸਾਰ ਹੀ ਹਰ ਇੱਕ ਫੈਮਿਲੀ ਨੂੰ, ਠੀਕ ਹੈ ਜੀ, ਇੱਕ ਬੱਚੇ ਦਾ 250 ਯੂਰੋ ਜਿਹੜਾ ਬੇਸਿਕ ਕਿੰਦਰ ਗਿੱਲ ਹੈ ਉਹ ਤਾਂ ਮਿਲ ਹੀ ਰਿਹਾ ਆ, ਠੀਕ ਹੈ ਜੀ। ਹੁਣ ਕਿੰਦਰ ਗਿੱਲ ਸੁਸ਼ਲਾਗ ਇੱਕ ਸੁਸਿਸਲਿਸ਼ਾਲਾਈਸਟੂੰ ਇੱਕ ਐਡੀਸ਼ਨਲ ਬੈਨੀਫਿਟ ਹੈਗਾ ਆ ਜੋ ਕਿ ਉਹ ਪਰਿਵਾਰ ਜਿਹੜਾ ਆ ਅਪਲਾਈ ਕਰ ਸਕਦੇ ਆ ਜਿਹੜੇ ਪਰਿਵਾਰਾਂ ਦੇ ਵਿੱਚ ਉਹਨਾਂ ਦੀ ਟੋਟਲ ਇਨਕਮ ਦੇ ਨਾਲ ਉਹਨਾਂ ਦਾ ਜਿਹੜਾ ਗੁਜ਼ਾਰਾ ਜਿਹੜਾ ਕਰਨਾ ਮੁਸ਼ਕਿਲ ਆ ਜਾਂ ਗੁਜ਼ਾਰਾ ਨਹੀਂ ਹੋ ਰਿਹਾ, ਠੀਕ ਹੈ ਜੀ, ਫਿਰ ਉਹ ਅਪਲਾਈ ਕਰ ਸਕਦੇ ਨੇ ਤੇ ਇਹਦੇ ਨਾਲ ਫਿਰ ਉਹਨਾਂ ਦੀ ਜਿਹੜੀ ਸਹੂਲਤ ਹੋ ਜਾਂਦੀ ਆ। ਇਹਦਾ ਮੈਕਸੀਮਮ ਅਮਾਊਂਟ ਇਸ ਟਾਈਮ ਹੈਗਾ ਆ 292 ਯੂਰੋ ਤੱਕ ਇੱਕ ਬੱਚੇ ਦੇ ਮਿਲ ਸਕਦੇ ਆ, ਠੀਕ ਹੈ ਜੀ। ਬਾਕੀ ਇਹ ਹਰ ਪਰਿਵਾਰ ਦੀ ਇਨਕਮ ਨੂੰ ਲੈ ਕੇ ਕੈਲਕੂਲੇਟ ਕੀਤਾ ਜਾਂਦਾ ਆ, ਠੀਕ ਹੈ ਜੀ, ਤੇ ਉਹਦੇ ਹਿਸਾਬ ਨਾਲ ਜਿੰਨਾ ਘਟਦਾ ਵੱਧਦਾ ਹੁੰਦਾ ਆ ਉਹ ਮਿਲਦਾ ਆ। ਇਹ ਕੌਣ ਕੌਣ ਅਪਲਾਈ ਕਰ ਸਕਦਾ ਤੇ ਕਿਵੇਂ ਅਪਲਾਈ ਕਰ ਸਕਦਾ ਇਹਦੇ ਬਾਰੇ ਆਪਾਂ ਇੱਕ ਕੱਲ ਵੀਡੀਓ ਸਾਂਝੀ ਕੀਤੀ ਸੀ ਸਾਡੀ ਪ੍ਰੋਫਾਈਲ ਦੇ ਵਿੱਚ, ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਇੱਕ ਜਾਂ ਦੋ ਵੀਡੀਓ ਪਿੱਛੇ ਚਲੇ ਜਾਇਓ, ਤੁਹਾਨੂੰ ਉਹ ਵੀਡੀਓ ਮਿਲ ਜਾਏਗੀ, ਠੀਕ ਹੈ ਜੀ, ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕੌਣ ਕੌਣ ਇਹਨੂੰ ਅਪਲਾਈ ਕਰ ਸਕਦਾ ਆ ਤੇ ਕਿਵੇਂ ਅਪਲਾਈ ਕਰ ਸਕਦਾ ਹੈ, ਠੀਕ ਹੈ ਜੀ। ਬਾਕੀ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ, ਤੇ ਜਿਉਂਦੇ ਵਸਦੇ ਰਹੋ।